ਅੱਛੀ ਰਹੀ ਆ ਕਾਲ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁ ਦਿਨ ਪਹਿਲਾ ਹੀ ਦੀਪ ਸਿੱਧੂ ਦਾ ਦੇਹਾਂਤ ਹੋ ਗਿਆ ਹੈ ਉਹਨਾਂ ਬਾਰੇ ਕੁਝ ਵੱਡੀਆਂ ਖਬਰਾਂ ਸਾਹਮਣੇ ਆਈਆਂ ਹਨ ਜੋ ਕਿ ਬਿਲਕੁਲ ਅਫਵਾਹਾਂ ਹਨ ਅੱਜ ਅਸੀਂ ਤੁਹਾਨੂੰ ਉਹਨਾਂ ਨਾਲ ਜਾਣੂ ਕਰਵਾ ਰਹੇ ਹਾਂ ਦੀਪ ਸਿੱਧੂ ਦੇ ਨਾਂ ਤੇ ਕੈਨੇਡਾ ਅਮਰੀਕਾ ਵਿੱਚ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਦੀ ਫੈਮਲੀ ਨੂੰ ਪੈਸੇ ਦੀ ਲੋੜ ਹੈ ਜਦਕਿ ਦੀਪ ਸਿੱਧੂ ਦੀ ਫੈਮਲੀ ਨੇ ਕਿਹਾ ਹੈ ਕਿ ਉਹਨਾਂ ਨੂੰ ਪੈਸੇ ਦੀ ਕੋਈ ਲੋੜ ਨਹੀਂ ਹੈ ਦੀਪ ਸਿੱਧੂ ਦੇ ਨਾਂ ਤੇ ਕਿਸੇ ਨੂੰ ਵੀ ਫੰਡ ਨਾ ਦਿੱਤਾ ਜਾਵੇ ਜਦਕਿ ਇਹ ਫਰਾਡ ਹੈ। ਅਗਲੀ ਵੱਡੀ ਖਬਰ ਇਹ ਹੈ ਕਿ ਦੀਪ ਸਿੱਧੂ ਦਾ ਤਲਾਕ ਹੋਇਆ ਹੈ। ਜਦਕਿ ਇਹ ਸਾਰਾ ਸੱਚ ਝੂਠ ਹੈ ਦੀਪ ਸਿੱਧੂ ਦਾ ਕੋਈ ਵੀ ਤਲਾਕ ਨਹੀਂ ਹੋਇਆ ਹੈ। ਅਗਲੀ ਵੱਡੀ ਖਬਰ ਇਹ ਹੈ ਕਿ 24 ਫਰਵਰੀ ਨੂੰ ਰੀਨਾ ਰਾਏ ਦੀ ਅੰਗੇਜਮੈਂਟ ਸੀ। ਜਦਕਿ ਦੀਪ ਸਿੱਧੂ ਵਿਆਹਿਆ ਹੋਇਆ ਸੀ ਉਹਦੀ ਇੱਕ 13 ਸਾਲ ਦੀ ਬੱਚੀ ਹੈ। ਦੀਪ ਸਿੱਧੂ ਤੇ ਰੀਨਾ ਰਾਏ ਦਾ ਰਿਸ਼ਤਾ ਇੱਕ ਫਿਲਮੀ ਅਦਾਕਾਰ ਵਾਲਾ ਹੈ। ਇਹ ਕਿਸੇ ਵੀ ਅਫਵਾਹ ਤੇ ਵਿਸ਼ਵਾਸ ਨਾ ਕੀਤਾ ਜਾਵੇ।